मोगा जलंधर रोड से धर्मकोट के लागे अज दिल दहला देने वाला हादसा होया। दसिया जा रहा है कि तड़के 4 बजे दो गड्डियां की टक्कर हो गई। इस दौरान एक गड्डी बेकाबू हो गई तो एक परिवार के नाल भरी हुई गड्डी सीधा छप्पड़ चढ़ गई, जिस दे नाल मौके ते 3 लोगों की डुबन नाल मौत हो गई। दसिया जा रहा है कि मौके ते पेट्रोल पंप के लागे कुछ लोग मौजूद सी जिन्होंने परिवार की मदद भी की, पर फिर भी मौके ते 2 लोगों की मौत हो गई तो तीसरे दी अस्पताल दे विच, जबकि बाकियों नूं गंभीर हालत अस्पताल दाखिल करवाया गया। हालांकि एक बंदा मुकद्दर दा सिकंदर निकलिया, उन्हें मामूली चोटा ही आईया। तुसी आप ही देख लो कि यह पूरा मामला दैनिक भेल पंजाबी टीवी दे मोगा तो दीप कुमार दी रिपोर्ट। ਮੋਗਾ ਦੇ ਨੇੜੇ ਕੀ ਹਾਦਸਾ ਹੋਇਆ ਤੇ ਕਿੰਨੇ ਲੋਕਾਂ ਦੀ ਮੌਤ ਹੋਈ ਹੈ ਜੀ? ਸਾਡੇ ਕੋਲ ਮਾਰਨਿੰਗ ਦੇ ਵਿੱਚ ਕੇਸ ਆਇਆ ਕਿ ਪਹਿਲਾਂ ਐਕਸੀਡੈਂਟ ਹੋਇਆ ਸੀ ਗੱਡੀ ਦਾ ਤੇ ਫਿਰ ਉਹ ਗੱਡੀ ਛੱਪੜ ਦੇ ਵਿੱਚ ਗਿਰ ਗਈ ਹੈ ਤੇ ਸਾਡੇ ਕੋਲ 7 ਕੇਸ ਆਏ ਨੇ ਜੀ ਟੋਟਲ, ਜਿਨ੍ਹਾਂ ਵਿੱਚੋਂ 2 ਬ੍ਰੌਡਡ ਸੀ, ਇੱਕ ਇੱਥੇ ਐਕਸਪਾਇਰ ਹੋਇਆ ਤੇ 3 ਨੂੰ ਅਸੀਂ ਰੈਫਰ ਕਰ ਦਿੱਤਾ, ਇੱਕ ਕੋਈ ਪੇਸ਼ੈਂਟ ਬਿਲਕੁਲ ਠੀਕ ਸੀ ਜੋ ਉਹਨਾਂ ਦੇ ਨਾਲ ਚਲਾ ਗਿਆ ਜੀ। ਟੋਟਲ 3 ਦੇ ਤਾਂ ਟੋਟਲ 3 ਡੈਥਸ ਨੇ। ਪੰਡਿਤ ਐਮ ਕੇ ਸ਼ਰਮਾ, ਫੀਸ ਨਹੀਂ ਇਨਾਮ ਲਵਾਂਗਾ, ਤੋਖਾ ਨਹੀਂ ਕੰਮ ਕਰਾਂਗਾ, ਮਾਤਾ ਰਾਣੀ ਨੇ ਚਾਹਿਆ ਤਾਂ ਖੂਨ ਦੇ ਹੰਝੂ ਨਹੀਂ ਆਉਣ ਦੇਵਾਂਗਾ। ਪੰਡਿਤ ਮੌਲਵੀ ਤੋਂ ਵਿਸ਼ਵਾਸ ਖੋ ਚੁੱਕੇ ਇੱਕ ਵਾਰ ਜ਼ਰੂਰ ਅਜ਼ਮਾਓ। ਪੰਡਿਤ ਐਮ ਕੇ ਸ਼ਰਮਾ, ਪ੍ਰੇਮੀ ਪ੍ਰੇਮਿਕਾ ਨੂੰ ਮਿਲਾਉਣਾ, ਸੋਤਨ ਦੁਸ਼ਮਣ ਤੋਂ ਛੁਟਕਾਰਾ, ਵਿਦੇਸ਼ ਯਾਤਰਾ 'ਚ ਰੁਕਾਵਟ, ਮਾਤਾ ਪਿਤਾ ਨੂੰ ਮਨਾਉਣਾ, ਇੱਕ ਵਾਰ ਮਿਲਾਓ ਫੋਨ ਤੇ ਜ਼ਰੂਰ ਅਜ਼ਮਾਓ ਆਪਣੀ ਕਿਸਮਤ, ਕਰੋ ਸੰਪਰਕ 97793995956।